ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਮਨਪ੍ਰੀਤ ਸਿੰਘ ਅਤੇ ਮਲੇਸ਼ੀਆ ਦੀ ਇਲੀ ਸਾਦਕ ਦਾ ਆਨੰਦ ਕਾਰਜ ਪੰਜਾਬ ਦੇ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਸਥਿਤ ਗੁਰਦੁਆਰੇ ਵਿੱਚ ਹੋਇਆ। ਉਹਨਾਂ ਦੀ ਪਤਨੀ ਇਲੀ ਦਾ ਨਾਮ ਬਦਲ ਕੇ ਨਵਪ੍ਰੀਤ ਕੌਰ ਰੱਖਿਆ ਗਿਆ ਹੈ। ਬਹੁਤ ਵਧੀਆ ਲੱਗ ਰਿਹਾ ਭਾਜੀ, ਕਿਉਂਕਿ 9 ਸਾਲ ਦੀ ਵੇਟ ਕੀਤਾ ਆ, ਠੀਕ ਹੈ, ਹੁਣ ਫਾਈਨਲੀ ਇਹ ਸਰ ਵਿਆਹ ਹੋ ਰਿਹਾ ਸਾਡਾ। ਬਟ ਇਹ ਸੀਗਾ ਕਿਉਂਕਿ ਕੋਵਿਡ ਦੀ ਵਜ੍ਹਾ ਨਾਲ ਕਾਫੀ ਡੇਟਸ ਚੇਂਜ ਹੋਈਆਂ ਸੀਗੀਆਂ, ਬਟ ਆਇਰ ਕੀ ਜਿਹੜਾ ਆ ਕਿ ਫਾਈਨਲੀ ਮੈਰਿਜ ਹੋ ਰਹੀ ਸਾਡੀ। ਬਟ ਥੋੜ੍ਹਾ ਕਿਤੇ ਸੈਡ ਲੱਗ ਰਿਹਾ ਕਿਉਂਕਿ ਅਸੀਂ ਸਾਰੇ ਆਪਣੇ ਜਿਹੜੇ ਗੈਸਟ ਆ ਉਹ ਸਾਰੇ ਜਿਹੜਾ ਹਾਕੀ ਪਲੇਅ ਟੀਮਸ ਆ ਸਾਰੇ ਇਨਵਾਈਟ ਨਹੀਂ ਕਰ ਪਾਏ, ਕਿਉਂਕਿ ਜੋ ਗੌਰਮੈਂਟ ਦੀ ਜੋ ਲਿਮਿਟ ਆ ਕਿ 100 ਜਾਣੇ ਸੱਦ ਸਕਦੇ ਆ, ਉਹ ਸਾਰਿਆਂ ਦੀ ਜਿਹੜੀ ਸੇਫਟੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ ਵੀ। ਪਹਿਲੀ ਵਾਰ ਕਿੱਥੇ ਮਿਲੇ ਸੀ ਇਲੀ ਨੂੰ ਤੁਸੀਂ? ਅਸੀਂ ਮਲੇਸ਼ੀਆ ਮਿਲੇ ਸੀ 2012 ਦੇ ਵਿੱਚ ਸੁਲਤਾਨ ਜੋਹਰ ਬਾਰੂ ਕੱਪ ਦੇ ਵਿੱਚ, ਅਤੇ ਉਹ ਤੋਂ ਸਟਾਰਟ ਹੋਇਆ ਸਾਡਾ ਰਿਲੇਸ਼ਨ। ਓਕੇ, ਹਾਂਜੀ, ਵਾਟ ਸ਼ੀ ਇਜ਼ ਡੂਇੰਗ? ਸ਼ੀ ਇਜ਼ ਅ ਹਾਕੀ ਸਪੋਰਟਰ, ਉੱਥੇ ਹਾਕੀ ਦੇਖਣ ਆਉਂਦੇ ਸੀਗੇ, ਉੱਥੇ ਸਪੋਰਟ ਕਰਦੇ ਆ ਰਹੇ ਸੀ, ਉੱਥੋਂ ਹੀ ਅਸੀਂ ਮਿਲੇ ਉਹਨਾਂ ਨੂੰ ਪਹਿਲੀ ਵਾਰ। ਹਾਂਜੀ, ਥੈਂਕ ਯੂ ਜੀ। I'm feeling very very good. It has been 9 years and I feel really really good that we finally reunited. Thank you so much Paji. Thank you Paji. ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।